ってくれるのもありがたいです。なんで、メラショータビールです。ビール。ਲਾਸਟ ਐਂਟਰੀ ਦੇ ਰਹੇ ਬੀਬੋ ਭੂਆ ਦੀ ਕਾਫੀ ਦੇਰ ਦੇ ਜ਼ੋਰ ਮਾਰ ਕੇ ਹੈ ਕਹਿੰਦੇ ਇੱਕ ਵਾਰੀ ਬੀਬੋ ਭੂਆ ਨੂੰ ਹੋਰ ਨੇ ਉਸ ਤੋਂ ਬਾਅਦ ਇਹਨਾਂ ਨੇ ਫਰੀ ਹੋ ਜਾਣਾ ਹੈ ਫਿਰ ਉਸ ਨਿਵਾਸ ਦੇ ਵਿੱਚ ਆਉਣਾ ਜਿਸ ਤਰ੍ਹਾਂ ਤੁਸੀਂ ਆਪੋ ਆਪਣੇ ਜਾਮੇ 'ਚ ਬੈਠੇ ਹੋ ਆਪੋ ਆਪਣੇ ਡਰੈਸ ਦੇ ਵਿੱਚ ਬੈਠੇ ਹੋ ਫਿਰ ਆਪਾਂ ਦਰਸ਼ਨ ਕਰਾਵਾਂਗੇ ਬੀਬੋ ਭੂਆ ਦੇ ਸੇਵਾ ਬਹੁਤ ਹੋ ਜਾਂਦਾ ਹੈ ਜਾਨ ਛੋਟੀ ਹੈ ਕੰਮ ਵੱਡੇ ਨੇ ਹਾਂਜੀ ਸਨਮਾਨ ਦੀ ਰਸਮ ਪ੍ਰਵੀਨ ਹਾਨੂ ਮਾਜਰਾ ਤੋਂ ਬਹੁਤ ਅੱਛੇ ਸਾਡੇ ਛੋਟੇ ਵੀਰ ਦਾ ਸਨਮਾਨ ਕੀਤਾ ਜਾ ਰਿਹਾ ਹੈ ਪਾਰਸ ਮਿਊਜ਼ੀਕਲ ਗਰੁੱਪ ਵੱਲੋਂ ਨਾਲ ਨਾਲ ਮੇਰਾ ਸਾਥ ਦੇ ਰਹੇ ਨੇ ਕਸ਼ਮੀਰ ਪਾਰਸ ਮੇਰਾ ਛੋਟਾ ਵੀਰ ਜਦੋਂ ਵੀ ਸਮਾਂ ਲੱਗਦਾ ਆਪਾਂ ਆਪਣੀ ਹਾਜ਼ਰੀ ਲਵਾਉਂਦੇ ਹੈ ਬੜੀ ਖੁਸ਼ੀ ਦੀ ਗੱਲ ਹੈ ਸੋ ਮੇਰੇ ਨਾਲ ਜਾਣ ਤੋਂ ਪਿਆਰਾ ਮੇਰਾ ਭਤੀਜਾ ਪਾਰਸ ਸਾਹਿਬ ਬਹੁਤ ਅੱਛੇ ਤਾੜੀ ਹੋ ਜੇ ਵਾਜੀ ਵਾਹ ਕਿਉਂਦੀ ਰਹੇ ਇਹਨਾਂ ਦੀ ਮਾਂ ਜਿਨ੍ਹਾਂ ਨੇ ਇਹਨੂੰ ਜਨਮ ਦਿੱਤਾ ਕਿਉਂਦੇ ਰਹੇ ਦੂਜੀ ਵਾਰ ਖੁਸ਼ੀਆਂ ਮਨਾਉਣ ਦਾ ਤੁਹਾਨੂੰ ਮੌਕਾ ਮਿਲਿਆ ਅੱਜ ਦੱਸ ਰਹੇ ਨੇ ਕਹਿੰਦੇ ਅੱਜ ਇਕੱਠ ਜ਼ਿਆਦਾ ਹੈ ਕੁਛ ਚੰਗੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਨਾ ਜੇ ਇਕੱਠ ਆ ਤਾਂ ਹੁਣ ਇਹਨਾਂ ਤੇ ਸਪਰੇ ਕਰਨੀ ਆ ਛੋਟੇ ਮੋਟੇ ਹੋ ਜੀ ਜੇ ਜਦੋਂ ਛੇੜੋ ਪੁੱਠੀ ਬੋਲੂਗੀ ਪਹਿਲਾਂ ਤਾਂ ਹੀ ਤਾਂ ਤੇਰੀ ਮੇਰੇ ਫੁੱਫੜ ਨਾਲ ਨਹੀਂ ਬਣਦੀ ਮੇਰੇ ਫੁੱਫੜ ਨਾਲ ਕਿਉਂ ਲੜਦੀ ਸੀ ਪਹਿਲਾਂ ਇਹ ਦੱਸ ਲੜਦੀ ਪੁੱਤ ਮੈਂ ਤਾਂ ਹੁੰਦੀ ਆ ਹਾਂ ਮੈਂ ਤੈਨੂੰ ਬੋਲੀ ਪਾ ਕੇ ਸੁਣਾਵਾਂ ਸੁਣਾ 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 ਲੈ ਤੂੰ ਪੁੱਤ ਮੇਰੇ ਹੋ ਸੁਣਾ ਤੂੰ ਅਵੇਰੀਏ ਸਾਹਮਣੇ ਕੈਮਰਾ ਸਾਡੀ ਤਾਂ ਅੱਖ ਉੱਥੇ ਰਹਿੰਦੀ ਹੈਗੀ ਬਾਬੇ ਨਾਲ ਅੱਖ ਰਹਿੰਦੀ ਹੈ ਬਾਬਿਆਂ ਨਾਲ ਬਾਬਾ ਸਾਹਮਣੇ ਬੈਠੇ ਨੇ ਮੇਰੇ ਅਖੇ ਤਾਵੇ 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 ਬੀਬੋ ਭੂਆ ਨੇ ਮੋਬਾਈਲ ਲੈ ਲਿਆ ਵੇ ਤੁਹਾਡੇ ਫੁੱਫੜ ਤੋਂ ਝੱਲਿਆ ਨਾ ਜਾਵੇ ਨੀ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਨੀ ਤੈਨੂੰ ਫੋਨ ਕਰਨ ਦਾ ਆਵੇ ਨਾਲੇ ਮੈਨੂੰ ਇਉਂ ਦੱਸਦੇ ਨੀ ਤੈਨੂੰ ਕੀ ਖਵਾਵੇ ਕੁੱਥੇ ਨਾਲ ਬੀਬੋ ਭੂਆ ਬੋਲਦੀ ਵੇ ਤੂੰ ਪਹਿਲਾਂ ਮਾਰੀ ਆਕੜ ਲਾ ਦੇ ਫੂਨ ਮੈਨੂੰ ਐਂ ਆਉਣਗੇ ਜਿੱਥੇ ਮਰਜ਼ੀ ਰਿਪੋਰਟਾਂ ਲਿਖਾ ਦੇ ਵੇ ਫੂਨ ਮੈਨੂੰ ਹੈਪੀ ਦਾ ਪਾਪਾ ਸੁਖਵਿੰਦਰ ਕਰਦਾ ਪਰ ਤੇ ਤੂੰ ਝੱਲਿਆ ਨਾ ਜਾਵੇ ਤੇ ਤੂੰ ਖਾਣ ਦੀ ਕੀ ਗੱਲ ਕਰਦਾ ਮੈਨੂੰ ਰਮੇਸ਼ ਰੋਜ਼ ਸੰਗਰੂਰ ਜਨੇਬੀਆਂ ਖਵਾਵੇ ਆ ਜਾ ਅੱਛਾ ਤੂੰ ਐਂ ਦੱਸ ਜਿਵੇਂ ਅੱਜ ਕਲਾਕਾਰਾਂ ਦੀ ਮੰਨ ਲਓ ਸਟੇਜਾਂ ਦੇ ਉੱਤੇ ਆਪਣੇ ਛੋਟੇ ਵੀਰ ਲਾ ਵੀਰੇ ਦੀ ਚੜ੍ਹਾਈ ਹੈ ਲਾ ਵੀਰਾ ਜਿਵੇਂ ਉਹ ਆਪਣਾ ਗੁਰਦਾਸ ਮਾਨ ਦੀ ਚੜ੍ਹਾਈ ਹੈ ਤੇਰੀ ਕਿੰਨੀ ਚੜ੍ਹਾਈ ਹੈ ਪਹਿਲਾਂ ਤੂੰ ਦੱਸ ਉਹਦੇ ਬਾਰੇ ਮੇਰੀ ਪੁੱਤ ਦਾ ਹਾਂ ਵੀ ਨੈਣਾ ਦੇਵੀ ਜਿੰਨੀ ਹੋ ਚੀ ਤੂੰ ਤਾਂ ਹੋਰ ਪਾਸੇ ਲੈ ਕੇ ਤੂੰ ਮੈਂ ਕੀ ਕਹਿਣਾ ਚਾਹੁੰਦਾ ਸੀ ਅੱਛਾ ਤੇ ਮੈਨੂੰ ਐਂ ਦੱਸ ਚੱਲ ਤੇਰੀ ਚੜ੍ਹਾਈ ਨੈਣਾ ਦੇਵੀ ਜਿੰਨੀ ਹੈ ਕੋਈ ਗੱਲ ਤੂੰ ਇਹ ਦੱਸ ਤੂੰ ਕਿੰਨਾ ਕੁ ਉੱਚਾ ਗਾ ਲੈਣੀ ਹੈ ਮੈਂ ਤਾਂ ਭਾਈ ਕੇਰਾ ਦਾ ਪਾਣੀ ਵਾਲੀ ਟੈਂਕੀ ਤੇ ਗਾਇਬ ਹੋਇਆ ਗਿਆ ਓਏ ਜੀ ਮੈਂ ਤਾਂ ਮੈਂ ਸੁਰਚ ਕਿੰਨਾ ਉੱਚਾ ਗਾ ਲੈਣੀ ਹੈ ਸੁਰਚ ਮੈਂ ਕਈ ਵਾਰੀ ਤਾਂ ਮੈਂ ਮਗਾ ਹੈਲੋ ਆਏ ਨਹੀਂ ਹੈਲੋ ਸਮਰਸੀ ਬੰਦ ਕੇ ਸਿਰ ਚ ਅੱਛਾ ਇੰਨਾ ਨਹੀਂ ਮਗਾ ਲੈਣੀ ਹੈ ਉਹ ਤੇਰੀਆਂ ਮੇਰੀ ਸਾਰੀ ਕਿ ਅੱਗੇ ਚੌਂਟੇ ਨੋ ਟੈਨਸ਼ਨ ਆਉਣ ਦੇ ਅੱਛਾ ਤੂੰ ਆਏ ਕਰ ਕਲਾਕਾਰ ਆਪਣੇ ਕੋਲੇ ਕਾਫੀ ਨੇ ਇੰਨੀ ਕੁ ਐਂਟਰੀ ਬਹੁਤ ਆ ਨਾ ਫਿਰ ਆਪਾਂ ਦੁਬਾਰੇ ਫਿਰ ਮਿਲਾਂਗੇ ਕੋਈ ਗੱਲ ਨਹੀਂ ਨੋ ਟੈਂਸ਼ਨ ਹਾਂ ਕਿਉਂਕਿ ਆਪਾਂ ਇਸ ਨਗਰ 'ਚ ਪਹਿਲੀ ਵਾਰ ਆਏ ਹਾਂ ਇਹ ਵੀ ਨਾ ਕੋਈ ਕਲਾਕਾਰ ਵੀ ਨਾ ਰੁੱਸੇ ਔਰ ਕੋਈ ਦਰਸ਼ਕ ਸਰੋਤਾ ਵੀ ਨਾ ਰੁੱਸੇ ਸਾਰਿਆਂ ਨੂੰ ਆਪਾਂ ਵਧੀਆ ਢੰਗ ਦੇ ਨਾਲ ਨਿਭਾਉਣਾ ਹੈ ਇਹ ਇਸ ਨਗਰ ਦਾ ਨਾਮ ਕੀ ਸੀ ਅਰਨੇਟੂ
हाँ 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 हाँ